फार्म 130-140 किले का। हाँ जी, तो वह भरा अमेरिका चुना तकनीक उतो लिया। हाँ जी दोस्तों, स्वागत है बहुत वधिया वीडियो दे विच। अज आप एक वीडियो शूट करन आए सी इत्थे, ते एक मैं आ कराहा देखिया जो लेजर लैवलर आ, बहुत ही वक्री तरह का बनाया हुआ वा। तो ये बारे मैं चलो जानकारी तुहानू इहदे बारे भी देईए थोड़ी जी, की इहदे च किवें आ, कित्थों बनिया होया इह। नाल अपने हैगे आ बाई जी मेजर सिंह जी होनी, जिन्हां दा ट्रैक्टर जिहड़ा तुसीं ट्रक वाले इंजन वाला ट्रैक्टर देखिया होया वा, ते ओ वीडियो करन आए सी, तां देखिया वी आ कराहा वी, इहदी वीडियो जरूर करीए। बाई सति श्री अकाल जी। सति श्री अकाल बाई जी, सति श्री अकाल। ਬਈ ਇਹ ਕਰਾਹਾ ਇਹ ਕਿਵੇਂ, ਇਹ ਬਹੁਤ ਵੱਖਰੀ ਜੀ ਚੀਜ਼ ਲੱਗਦੀ ਆ। ਇਹ ਜੀ ਅਸੀਂ ਹਰਿਆਣੇ 'ਚੋਂ ਲਿਆਂਦਾ, ਸਾਡੇ ਰਿਸ਼ਤੇਦਾਰ ਉੱਥੇ। ਅੱਛਾ ਜੀ। ਅਤੇ ਉਹਨਾਂ ਦੇ ਨਾਲ ਹੀ ਉਹ ਪੰਜਾਬ 'ਚ ਬੈਠੇ ਨੇ, ਪਰਲੇ ਬੰਨੇ ਬਾਰਡਰ ਦੇ ਨਾਲ ਹੀ ਹਰਿਆਣੇ 'ਚ ਆ। ਹਾਂਜੀ, ਜਾਟ। ਹਾਂਜੀ, ਉਹਨਾਂ ਦੇ ਉੱਥੇ ਫਾਰਮ 130-140 ਕਿੱਲੇ ਦਾ। ਹਾਂਜੀ, ਅਤੇ ਉਹਦਾ ਭਰਾ ਅਮੈਰੀਕਾ 'ਚ, ਉਹਨਾਂ ਤਕਨੀਕ ਉੱਥੋਂ ਲਿਆਂਦੀ ਬਾਹਰੋਂ। ਅੱਛਾ ਜੀ। ਅਤੇ ਉਹ ਫਿਰ ਇੱਥੇ ਇਹਨਾਂ ਬਹੁਤ ਜ਼ਿਆਦਾ ਕਿਰਾਏ ਵੇਚਦੇ ਉੱਥੇ। ਠੀਕ ਹੈ। ਅਤੇ ਅਸੀਂ ਫਿਰ ਇਹ ਲਿਆਂਦਾ ਸੀ 2011 'ਚ। ਅੱਛਾ ਜੀ। 11 ਤੋਂ ਲੈ ਕੇ ਹੁਣ ਤਾਈਂ ਹੀ ਚਲਾਉਣ ਦੇ ਆ, ਤੇ ਕੋਈ ਕੰਪਲੇਂਟ ਨਹੀਂ ਆ। ਇਹ ਚੌਰਸੇ ਜਾ ਕਿਵੇਂ ਆ ਜੀ ਬੜਾ? ਇਹ ਜੀ ਬੁੜਕਦਾ ਨਹੀਂ ਆ, ਆਪਣਾ ਜੰਪ ਨਹੀਂ ਕਰਦਾ, ਜਿੰਨਾ ਮਰਜ਼ੀ ਤੇਜ਼ ਚਲਾ ਲਈਏ ਇਹਨੂੰ। ਅੱਛਾ ਜੀ। ਇਹਨੂੰ ਚਾਰ ਟਾਇਰ ਆ ਤੇ ਸੈਂਟਰ ਆ, ਤੇ ਇਹੋ ਕੋ ਇਹਦੇ ਆ ਸੈਂਟਰ ਪਿੰਨ ਆ, ਸੈਂਟਰ ਪਿੰਨ ਇੱਥੇ ਆ ਨਾ, ਇਹ ਜੰਪ ਚਲੇ ਜਾਂਦੀ ਆ। ਹਾਂ, ਜਿਸ ਤਰ੍ਹਾਂ ਮੰਨ ਲਓ ਅਗਲੇ ਥੱਲੇ ਢੀਮ 4 ਇੰਚੀ ਵੱਟ, 4 ਇੰਚੀ ਕੋਈ ਢੀਮ ਆਉਂਦੀ, 4 ਇੰਚੀ ਉੱਚਾ ਨਹੀਂ ਹੁੰਦਾ, ਇਹ 2 ਹੋਊਗਾ। ਅੱਛਾ ਜੀ। ਹਾਂ, ਵਾਰੀ ਵਾਰੀ ਲੰਘ ਜਾਂਦਾ ਨਾ। ਠੀਕ ਹੈ, ਗਾੜੀ ਦੇ ਵਜਨ ਆ ਗਿਆ ਤੇ ਮਗਰ। ਹਾਂ, ਜਿੱਦਾਂ 10 ਚੱਕੀ ਲੰਘਦੀ ਨਾ ਗੱਡੀ, ਦੂਸਰੇ ਆ ਬੜੇ ਰੇਲਵੇ ਫਾਟਕ ਇਹਦੇ ਬੜੇ ਬਈ ਆ, ਜਿਵੇਂ ਲਾਏ ਹਨਾ ਵੀ, ਇੱਥੇ ਵੀ ਆ ਸਕੰਜੇ ਸਿਸਟਮ ਜਿਹਾ ਲਾਤਾ ਅਲੱਗ ਅਲੱਗ। ਇਹ ਬਾਗਟ ਫਿਰ ਸਿੱਧੀ ਦੀ ਸਿੱਧੀ ਥੱਲੇ ਜਾਂਦੀ ਆ ਨਾ। ਹਾਂਜੀ, ਵਿੰਗੀ ਟੇਢੀ ਨਹੀਂ ਹੁੰਦੀ, ਦੂਸਰੇ ਦੀ ਜਿਹੜੀ ਉਹ ਫਿਰ ਟੇਢੀ ਹੋ ਜਾਂਦੀ ਜਦੋਂ ਤਾਂ ਨੂੰ ਜਾਂਦੀ ਜਾਂ ਥਾਂ ਨੂੰ ਜਾਂਦੀ ਆ। ਇਹ ਬਾਗਟ ਇੱਥੋਂ ਹੀ ਐ ਥੱਲੇ ਸਿੱਧੀ ਜਾਣੀ, ਸਿੱਧੀ ਤਾਂ ਚੁੱਕੀ ਜਾਣੀ ਆ, ਤਾਂ ਕਰਕੇ ਲਾਏ ਆ ਇਹਦਾ ਬਈ। ਇਹ ਫਿਰ ਰੇਟ ਦਾ ਫਰਕ ਆ ਦੂਸਰੇ ਨਾਲੋਂ? ਹਾਂ ਜੀ, ਇਹ 3,80,000 ਦਾ ਆਇਆ ਸੀ ਉਦੋਂ। ਅੱਛਾ, ਇਹ ਮਹਿੰਗਾ ਵਾ ਫਿਰ? ਹਾਂ, ਆਪਣੇ 2011 'ਚ। ਬਹੁਤ ਇਹਦੇ ਨਾਲ ਚੱਲਿਆ ਉਦੋਂ ਦਾ, ਬਸ ਚਲਾਈਦਾ ਵਾ ਤੇ ਕੋਈ ਗੱਲ ਹੀ ਨੀ, ਟਰੈਕਟਰ ਤੀਜਾ ਚੌਥਾ ਬਦਲਤਾ, ਕਿਰਾਇਆ ਹੋਈ ਆ। ਅੱਛਾ ਜੀ। ਬਹੁਤ ਵਧੀਆ ਚੀਜ਼ ਬਣਾਈ ਦੋਸਤੋ, ਦੇਖੋ ਵੀ ਆਹ ਡੰਡੇ ਜੀ, ਸਿਰਫ ਇਹ ਡੰਡੇ ਟੋਪ ਲਿੰਕਾਂ ਨਾ, ਜੇ ਮੰਨ ਲਓ ਕੋਈ ਆਪਾਂ ਕਿਰਾਇਆ ਟੇਢਾ ਕਰਨਾ ਵਾ ਥੋੜਾ ਬਹੁਤਾ, ਇੱਧਰ ਉੱਧਰ ਕਰਨਾ, ਇੱਥੋਂ ਕਰ ਲਾਂਗੇ, ਬਾਕੀ ਉਹ ਜਿੱਥੇ ਸੈੱਟ ਕਰਦਾ ਸਿੱਧਾ ਜਾਣਾ, ਸਿੱਧਾ ਉੱਪਰ ਉੱਠਣਾ, ਸਿੱਧਾ ਉੱਪਰ। ਬਹੁਤ ਡਿਮਾਂਡ ਹੀ ਲੋਕੀ ਇਹਦੀ ਕਰਦੇ, ਕਾਰਡ ਪਿੰਡ ਡੋਲੂ ਕਰਾਹ ਹੁੰਦਾ, ਹੋਰ ਵੀ ਦੂਸਰੇ ਕਿਰਾਏ ਹੈਗੇ ਆ। ਠੀਕ ਹੈ, ਨਹੀਂ ਉਹ ਖੜੇ ਰਹਿਣਗੇ ਤੇ ਚੱਲਦਾ ਰਹਿੰਦਾ, ਸਾਰਿਆਂ ਤੋਂ ਪਹਿਲਾਂ ਚੱਲਣਾ, ਸਾਰਿਆਂ ਤੋਂ ਬਾਅਦ 'ਚ ਇਹਨੇ ਬੰਦ ਹੋਣਾ। ਅੱਛਾ ਜੀ। ਹਾਂ, ਠੀਕ ਹੈ, ਲੋਕੀ ਡਿਮਾਂਡ ਹੀ ਇਹਦੀ ਕਰਦੇ ਵੀ ਨਹੀਂ ਉੱਥੋਂ ਕੰਮ ਕਰਾਉਣਾ ਉੱਥੋਂ। ਇਹ ਭਾਰਾ ਬਹੁਤ ਆ, ਇਹ ਤਾਂ 16-17 ਕੁਇੰਟਲ ਵੇਟ ਆ। ਠੀਕ ਹੈ, ਇਹ ਜਿਹੜੀ ਆਪਣੇ ਕੋਈ ਧੋੜੀ ਆ ਸੁੱਕੀ ਆ, ਨਹੀਂ ਕਿਰਾਇਆ ਲੱਗਦਾ, ਇਹ ਉਹਨੂੰ ਰਗੜ ਕੇ ਲੈ ਜਾਂਦਾ, ਦੂਸਰੇ ਕਿਰਾਏ ਦਾ 6-7 ਕੁਇੰਟਲ ਵੇਟ ਆ, ਉਹ ਉੱਪਰੋਂ ਨਹੀਂ ਲੰਘ ਜਾਂਦਾ। ਠੀਕ ਹੈ, ਡਰਾਈਵਰ ਨੇ ਦੇਖੋ ਕਹਿਣਾ ਕਿਰਾਇਆ ਲੰਘ ਗਿਆ। ਹਾਂਜੀ ਹਾਂਜੀ, ਅਤੇ ਪੈਲੀ ਪੱਧਰੀ ਹੋ ਗਈ, ਪਰ ਉਹ ਬਾਅਦ 'ਚ ਪਤਾ ਲੱਗਦਾ ਜਦੋਂ ਪਾਣੀ ਦਈਏ। ਬਿਲਕੁਲ ਜੀ। ਹੁਣ ਇਹ ਟਰੈਕਟਰ ਨੂੰ ਇਹਨੇ ਉੱਥੇ ਖਿਲਾ ਦੇਣਾ ਜਿੱਥੇ ਧੋੜੀ ਆ। ਅੱਛਾ ਜੀ। ਡਰਾਈਵਰ ਨੂੰ ਪਤਾ ਵੀ ਇੱਥੇ ਹੈਗੀ ਅਜੇ ਕਸਰ, ਡਰਾਈਵਰ ਭਾਵੇਂ ਦੁਬਾਰਾ ਆਵੇ 2 ਵਾਰ ਪੱਧਰੀ ਹੋ ਜੂ ਪੈਲੀ, ਦੂਸਰਾ ਕਿਰਾਇਆ ਮਾਰਨਾ ਉੱਤੋਂ ਨਹੀਂ ਟੱਪ ਜਾਂਦਾ। ਠੀਕ ਹੈ, ਉਹਨਾਂ ਦਾ ਲੈ ਕੇ ਹੁਣ ਤੱਕ ਵਧੀਆ ਚੱਲੀ ਆ। ਹਾਂ, ਵਧੀਆ, ਕੋਈ ਗੱਲ ਨਹੀਂ, ਕੋਈ ਕੰਪਲੇਂਟ ਹੀ ਨਹੀਂ ਆਈ ਬਸ। ਠੀਕ ਹੈ ਜੀ, ਉਹੋ ਹੀ ਟਾਇਰ, ਉਹੋ ਹੀ ਅੱਬਾਂ, ਉਹੋ ਹੀ ਬੈਰਿੰਗ, ਸਾਰਾ ਬਣਾਇਆ, ਬਹੁਤ ਮਜ਼ਬੂਤ ਆ ਹਨਾ, ਬਹੁਤ ਜ਼ਿਆਦਾ ਹੈਵੀ ਆ, ਹੈਵੀ ਬਣਿਆ ਹੋਇਆ। ਇਹ ਦਿਨ ਰਾਤ ਖਲੋਂਦਾ ਹੀ ਨਹੀਂ, ਤਾਂ 2 ਡਰਾਈਵਰ ਆ। ਠੀਕ ਹੈ, ਆਵੇ ਪਿਓ ਪੁੱਤ ਮੁੰਡੇ, ਅਤੇ ਦੋਵੇਂ ਡਰਾਈਵਰ ਆ ਬਸ। ਠੀਕ ਹੈ ਜੀ, ਠੀਕ ਹੈ, ਮੈਂ ਬਹੁਤ ਵਧੀਆ ਲੱਗਾ ਅਤੇ ਬਹੁਤ ਧੰਨਵਾਦ ਜੀ। ਹਾਂ, ਠੀਕ ਹੈ ਜੀ, ਧੰਨਵਾਦ ਦੋਸਤੋ। ਕਿਵੇਂ ਲੱਗਾ ਤੁਹਾਨੂੰ? ਆਹ ਖਾ ਦਿਓ ਨਾ ਪਿੱਛੇ, ਦੋਸਤੋ ਕਿਵੇਂ ਲੱਗਿਆ ਸਾਨੂੰ ਇਹ ਕੰਪਿਊਟਰ ਕਰਾਹਾ, ਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਧੰਨਵਾਦ ਜੀ। ਮਿਲਦਾ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ।